ਭਾਰਤ ਦੇ ਵਿੱਚ ਪਿਛਲੇ ਦਿਨੀ ਹੋਏ G20 ਸੰਮੇਲਨ ਦੇ ਵਿੱਚ ਇੱਕੋ ਇੱਕ ਮਸਲਾ ਵੱਡੇ ਪੱਧਰ ਦੇ ਉੱਤੇ ਛਾਇਆ ਰਿਹਾ ਉਹ ਹੈ ਕੈਨੇਡਾ ਦੇ ਵਿੱਚ ਹੋਈ ਸਿੱਖ ਵੋਟਿੰਗ ਨੂੰ ਲੈ ਕੇ ਸਿੱਖ ਰਾਜ ਦੀ ਗੱਲ ਜਿਹੜੀ ਹੈ ਉਹ ਚੱਲ ਰਹੀ ਹੈ ਵਿਦੇਸ਼ਾਂ ਦੇ ਵਿੱਚ ਤੇ G20 ਜਿਹਨੂੰ ਸੱਦਿਆ ਜਾਂਦਾ ਹੈ ਵੱਖ-ਵੱਖ ਦੇਸ਼ਾਂ ਦੇ ਨਾਲ ਵਪਾਰ ਵਧਾਉਣ ਦੇ ਲਈ ਨਵੀਆਂ ਡੀਲਸ ਕਰਨ ਦੇ ਲਈ ਅਤੇ ਇਸ ਜਿਹੜਾ ਇਹ ਸੰਸਾਰ ਹੈ ਦੁਨੀਆ ਹੈ ਜੋ ਦੇਸ਼ਾਂ ਦੇ ਸਮੂਹ ਨੇ ਇਹ ਕਿਵੇਂ ਤਰੱਕੀ ਕਰ ਸਕਦੇ ਨੇ ਇਹ ਮਸਲੇ G20 ਦੇ ਵਿੱਚ ਚੁੱਕੇ ਜਾਂਦੇ ਨੇ ਜਿਹਦੇ ਵਿੱਚ ਨਵੇਂ ਦੇਸ਼ ਵੀ ਆਉਂਦੇ ਆ ਪੁਰਾਣੇ ਵੀ ਆਉਂਦੇ ਆ ਸੋ ਕਈ ਜਿਹੜੇ ਮਨਮਟਾਵ ਹੁੰਦੇ ਨੇ ਰੋਸੇ ਹੁੰਦੇ ਨੇ ਉਹ ਵੀ ਦੂਰ ਕੀਤੇ ਜਾਂਦੇ ਆ ਜਿਸ ਦੌਰਾਨ ਬਹੁਤ ਵੱਡੀਆਂ ਸ਼ਖਸੀਅਤਾਂ ਭਾਰਤ ਦੀ ਧਰਤੀ ਦੇ ਉੱਤੇ ਪਹੁੰਚੀਆਂ ਜਿਹਦੇ ਵਿੱਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹੋਰੀ ਉਸ ਤੋਂ ਬਾਅਦ ਜਾਪਾਨ ਦੇ ਮਿਨਿਸਟਰਸ ਪਹੁੰਚੇ ਹੋਏ ਸੀਗੇ ਉਹਨਾਂ ਦੀ ਮਿਨਿਸਟਰੀ ਪਹੁੰਚੀ ਹੈ ਕੈਨੇਡਾ ਤੋਂ ਪਹੁੰਚੇ ਹੋਏ ਸੀ ਖਾਸ ਤੌਰ ਦੇ ਉੱਤੇ ਜਸਟਿਨ ਟਰੂਡੋ ਪਰ ਇਹਦੇ ਵਿੱਚ ਡੀਲਸ ਦੀ ਗੱਲ ਹੋਣ ਦੀ ਬਜਾਏ ਉਹ ਵੀ ਹੋਈਆਂ ਆਪਾਂ ਇਹ ਵੀ ਕਹਿੰਦੇ ਉਹ ਨਹੀਂ ਹੋਈਆਂ ਪਰ ਉਸ ਤੋਂ ਜ਼ਿਆਦਾ ਵੱਡਾ ਮਸਲਾ ਜਿਹੜਾ ਸੀ ਉਹ ਖਾਲਿਸਤਾਨ ਦਾ ਹੈ ਇਸ ਵੇਲੇ ਜਿਹੜਾ ਚੱਲ ਰਿਹਾ ਹੈ ਦੁਨੀਆ ਭਰ ਦੇ ਵਿੱਚ ਕਿਉਂਕਿ ਵੋਟਿੰਗ ਨੇ ਦੁਨੀਆ ਦੀ ਨਿਗਾਹ ਖਿੱਚੀ ਹੋਈ ਹੈ ਸੋ ਇਸ ਮਸਲੇ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਕਿ G20 ਦਾ ਸੰਮੇਲਨ ਸ਼ੁਰੂ ਹੋਣਾ ਸੀ ਉਸ ਤੋਂ ਪਹਿਲਾਂ ਰਿਸ਼ੀ ਸੁਨਕ ਹੋਰੀ ਜਦੋਂ ਉਹਨਾਂ ਨੇ ਜਹਾਜ਼ ਫੜਨਾ ਹੁੰਦਾ ਹੈ ਭਾਰਤ ਜਾਣ ਦੇ ਲਈ ਉਸ ਤੋਂ ਪਹਿਲਾਂ ਇੱਕ ਬਿਆਨ ਦਿੰਦੇ ਨੇ ਪ੍ਰੈਸ ਦੇ ਵਿੱਚ ਇੱਕ ਬਿਆਨ ਦਿੰਦੇ ਨੇ ਕਿ ਅਸੀਂ ਖਾਲਿਸਤਾਨ ਐਕਸਟ੍ਰੀਮਿਜ਼ਮ ਦੇ ਉੱਤੇ ਨੱਥ ਪਾਵਾਂਗੇ ਰਿਸ਼ੀ ਸੁਨਕ ਹੋਰੀ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਹੈ ਕਿ ਭਾਰਤ ਜਾਣ ਤੋਂ ਪਹਿਲਾਂ G20 ਚ ਹਿੱਸਾ ਬਣਨ ਤੋਂ ਪਹਿਲਾਂ ਉਹ ਇਹ ਬਿਆਨ ਦੇ ਕੇ ਜਾਂਦੇ ਨੇ ਇਹਦਾ ਕੀ ਮਕਸਦ ਹੈ ਇਹ ਬਹੁਤ ਵੱਡੀ ਡੁਗਾਈ ਦੇ ਨਾਲ ਸੋਚਣ ਦੀਆਂ ਗੱਲਾਂ ਨੇ ਕਿ ਆਖਰ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਬ੍ਰਿਟੇਨ ਕੋਈ ਛੋਟੀ ਮੋਟੀ ਗੱਲ ਤਾਂ ਹੈ ਨਹੀਂ ਸੋ ਉਹਦਾ ਪ੍ਰਧਾਨ ਮੰਤਰੀ ਭਾਰਤ ਜਾਣ ਤੋਂ ਪਹਿਲਾਂ ਬਿਆਨ ਦਿੰਦਾ ਹੈ ਦੂਸਰੇ ਪਾਸੇ ਜਸਟਿਨ ਟਰੂਡੋ ਨੂੰ ਬਾਰ-ਬਾਰ ਇਹ ਸਵਾਲ ਪੁੱਛੇ ਜਾਂਦੇ ਆ ਕਿ ਤੁਸੀਂ ਖਾਲਿਸਤਾਨੀਆਂ ਦੇ ਉੱਤੇ ਨੱਥ ਕਿਉਂ ਨਹੀਂ ਪਾਉਂਦੇ ਜਾਂ ਪਾਓ ਇਹ ਗੱਲਾਂ ਆਮ ਚੱਲਦੀਆਂ ਰਹੀਆਂ ਹੁਣ ਜਦੋਂ ਜਸਟਿਨ ਟਰੂਡੋ ਜਾਂਦੇ ਨੇ ਭਾਰਤ G20 ਦੇ ਵਿੱਚ ਤਾਂ ਉਹ ਕਹਿੰਦਾ ਜਿਹੜੀ ਭਾਰਤ ਦੇ ਨਾਲ ਟ੍ਰੇਡ ਡੀਲ ਹੈਗੀ ਹੈ ਉਹਨੂੰ ਸਟਾਪ ਕਰਕੇ ਜਾਂਦੇ ਨੇ ਮਤਲਬ ਇਹਦੇ ਵੀ ਕੀ ਕਾਰਨ ਹੋ ਸਕਦੇ ਇੱਕ ਟ੍ਰੇਡ ਹੀ ਸਟਾਪ ਕਰ ਦੇਣ ਤੇ ਜਾਂ ਫਿਰ ਬਿਲਕੁਲ ਹੀ ਉਹਦੇ ਉੱਤੇ ਰੋਕ ਲਾ ਦੇਣੀ ਇਹ ਇਹਦਾ ਕਾਰਨ ਕੀ ਹੈਗਾ ਇਹ ਵੀ ਸੋਚਣ ਵਾਲੀ ਗੱਲ ਹੈ ਸੋ ਦੋ ਵੱਡੀਆਂ ਜਿਹੜੀਆਂ ਖਬਰਾਂ ਨੇ ਉਹ ਮੈਂ ਤੁਹਾਡੇ ਨਾਲ ਇਹ ਸਾਂਝੀਆਂ ਕਰ ਰਿਹਾ ਰਿਸ਼ੀ ਸੁਨਕ ਹੋਰਾਂ ਦਾ ਬਿਆਨ ਜਿਹੜਾ ਹੈਗਾ ਖਾਲਿਸਤਾਨ ਦੇ ਉੱਤੇ ਨੱਥ ਪਾਵਾਂਗੇ ਜਾਂ ਵਗੈਰਾ ਵਗੈਰਾ ਜਸਟਿਨ ਟਰੂਡੋ ਇਹ ਡੀਲ ਜਿਹੜੀ ਆ ਰੋਕ ਕੇ ਜਾਂਦੇ ਨੇ ਹੁਣ ਕੈਨੇਡਾ ਦੀ ਜੇ ਇਹ ਡੀਲ ਰੋਕਣ ਵਾਲੀ ਗੱਲ ਜੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇਹਦੇ ਵਿੱਚ ਵੋਟਿੰਗ ਤੋਂ ਇਲਾਵਾ ਕੋਈ ਵੀ ਮਸਲਾ ਨਹੀਂ ਹੈ ਯਾਨੀ ਕਿ ਕੈਨੇਡਾ ਭਾਰਤ ਦੇ ਵਿੱਚ ਇੱਕੋ ਗੱਲ ਦਾ ਰੁੱਸਾ ਹੈ ਕਿ ਤੁਸੀਂ ਜਿਹੜੇ ਖਾਲਿਸਤਾਨੀ ਨੇ ਉਹਨਾਂ ਨੂੰ ਵੋਟਾਂ ਪਵਾਉਣ ਦਿੰਦੇ ਹੋ ਤੁਸੀਂ ਭਾਰਤ ਇਹ ਕਹਿੰਦਾ ਪਰ ਜਿਹੜਾ ਕੈਨੇਡਾ ਹੈ ਉਹਨੇ ਵੀ ਪਿਛਲੇ ਦਿਨੀ ਭਾਰਤ ਦੇ ਉੱਤੇ ਇਲਜ਼ਾਮ ਲਾਇਆ ਉਹ ਵੀ ਕਿਤੇ ਐ ਨਹੀਂ ਭਈ ਉਹ ਚੁੱਪ ਕਰਕੇ ਬੈਠਾ ਉਹ ਕਹਿੰਦੇ ਕਿ ਤੁਹਾਡਾ ਭਾਰਤੀਆਂ ਦਾ ਯਾਨੀ ਕਿ ਭਾਰਤ ਇੰਡੀਆ ਦਾ ਜਿਹੜਾ ਇੰਟਰਫੇਰੈਂਸ ਹੈ ਸਾਡੇ ਮੁਲਕ ਦੇ ਇੰਟਰਨਲ ਮਸਲਿਆਂ ਦੇ ਵਿੱਚ ਹੁੰਦਾ ਇਹਦੇ ਵਿੱਚ ਤੁਸੀਂ ਦੇਖੋ ਕਿ ਪਿਛਲੇ ਦਿਨੀ ਇੱਕ ਜਿਹੜਾ ਸਿੱਖ ਕਾਰਕੂਨ ਹਰਦੀਪ ਸਿੰਘ ਭਾਈ ਹਰਦੀਪ ਸਿੰਘ ਨਿੱਜਰ ਜਿਨ੍ਹਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਉੱਥੇ ਇਹ ਮਸਲਾ ਵੀ ਭਾਵੇਂ ਆਪਾਂ ਕਹੀਏ ਕਿ ਕੈਨੇਡਾ ਸਰਕਾਰ ਵੱਡੇ ਪੱਧਰ ਤੇ ਉੱਤੇ ਬਿਆਨ ਨਹੀਂ ਦਿੱਤਾ ਪਰ ਉਹ ਅੰਦਰੋਂ ਅੰਦਰੀ ਉਹਨਾਂ ਨੇ ਇਹ ਚੀਜ਼ ਜਿਹੜੀ ਹੈ ਨੋਟ ਕੀਤੀ ਤੇ ਉਹ ਇਸੇ ਗੱਲ ਨੂੰ ਲੈ ਕੇ ਕਿ ਤੁਸੀਂ ਇੰਟਰਨਲ ਮਸਲਿਆਂ ਦੇ ਵਿੱਚ ਸਾਡੇ ਜਿਹੜਾ ਹੈ ਇੰਟਰਫੇਰੈਂਸ ਕਰ ਰਹੇ ਹੋ ਸੋ ਕੈਨੇਡਾ ਦਾ ਦੋਸ਼ ਭਾਰਤ ਦੇ ਉੱਤੇ ਇਹ ਹੈਗਾ ਤੇ ਭਾਰਤ ਦਾ ਦੋਸ਼ ਹੈਗਾ ਕਿ ਤੁਸੀਂ ਐਕਸਟ੍ਰੀਮਿਜ਼ਮ ਜਿਹੜਾ ਹੈ ਉਹਨੂੰ ਉਹਦੇ ਵਿੱਚ ਵਾਧਾ ਕਰ ਰਹੇ ਹੋ ਸਾਡੇ ਲਈ ਮੁਸੀਬਤ ਬਣਾ ਰਹੇ ਹੋ ਗੱਲ ਤਾਂ ਇਹ ਵੀ ਹੈਗੀ ਹੈ ਕਿ ਭਾਰਤ ਵੀ ਆਪਣੀ ਜਗ੍ਹਾ ਸਹੀ ਹੈ ਕਿਉਂਕਿ ਕੋਈ ਵੀ ਮੁਲਕ ਨਹੀਂ ਚਾਹੁੰਦਾ ਕਿ ਉਹਦੇ ਟੁਕੜੇ ਹੋਣ ਭਾਰਤ ਜਿਹੜਾ ਹੈ ਉਹ ਇਹ ਨਹੀਂ ਚਾਹੇਗਾ ਕਿ ਉਹਦੇ ਮੁਲਕ ਦੇ ਟੁਕੜੇ ਹੋ ਜਾਣ ਪਰ ਜਿਹੜੀ ਦੂਸਰੇ ਪਾਸੇ ਸਿੱਖ ਵੋਟਿੰਗ ਹੈਗੀ ਆ ਹੋ ਰਹੀ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਲੋਕ ਹਾਜ਼ਰੀਆਂ ਭਰ ਰਹੇ ਨੇ ਤਕਰੀਬਨ 1,35,000 ਲੋਕਾਂ ਨੇ ਆ ਵੈਨਕੂਵਰ ਦੇ ਵਿੱਚ ਜਿਹੜੀਆਂ ਹੋਈਆਂ ਵੋਟਾਂ ਸੀ ਉਹਦੇ ਵਿੱਚ ਹਿੱਸਾ ਲਿਆ ਸੋ ਇਸੇ ਤਰੀਕੇ ਨਾਲ ਬਾਕੀ ਦੇਸ਼ਾਂ ਦੇ ਵਿੱਚ ਹੋਇਆ ਸੋ ਇਹ ਹੁਣ ਸੋਚਣ ਵਾਲੀ ਸਮਝਣ ਵਾਲੀ ਗੱਲ ਹੈਗੀ ਹੈ ਕਿ ਮਸਲਾ ਜਾ ਕਿੱਧਰ ਨੂੰ ਰਿਹਾ ਹੈ ਪਰ ਜੇ ਇਹ ਇਹਦਾ ਪ੍ਰਭਾਵ ਹੁਣ ਗੱਲ ਕਰੀਏ ਨਤੀਜੇ ਵੀ ਨਿਕਲਣੇ ਜਿਹੜੇ ਆ ਉਹਦੇ ਸ਼ੁਰੂ ਹੋ ਗਏ ਆ ਕਿ ਕੈਨੇਡਾ ਦੇ ਨਾਲ ਰੋਸੇ ਸ਼ੁਰੂ ਹੋ ਚੁੱਕੇ ਨੇ ਤੇ ਆਉਂਦੇ ਸਮੇਂ ਦੇ ਵਿੱਚ ਮੈਂ ਤਾਂ ਇੱਥੋਂ ਤੱਕ ਕਵਾਂਗਾ ਕਿ ਬਹੁਤ ਸਾਰੇ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਪਤਾ ਲੱਗਦਾ ਹੈ ਕਿ ਆਉਂਦੇ ਸਮੇਂ ਦੇ ਵਿੱਚ ਕੈਨੇਡਾ ਤੇ ਇੰਡੀਆ ਦੇ ਟ੍ਰੇਡ ਡੀਲਾਂ ਸਾਰੀਆਂ ਖਤਮ ਹੋ ਜਾਣਗੀਆਂ ਇੱਥੋਂ ਤੱਕ ਕਿ ਦੋਨਾਂ ਮੁਲਕਾਂ ਦੇ ਐਂਬੈਸਡਰ ਜਿਹੜੇ ਨੇ ਉਹ ਵਾਪਸ ਬੁਲਾ ਲਏ ਜਾਣਗੇ ਇੱਥੋਂ ਤੱਕ ਮਸਲਾ ਜਾਣ ਵਾਲਾ ਤੇ ਉਹਦੇ ਤੋਂ ਪਹਿਲਾਂ ਹੁਣ ਕੈਨੇਡਾ ਦੇ ਉੱਤੇ ਕੀ ਰਿਐਕਸ਼ਨ ਕਰਦਾ ਜਾਂ ਭਾਰਤ ਕੀ ਕਰਦਾ ਹੈ ਜਾਂ ਕੋਈ ਹੋਰ ਗੱਲਾਂ ਮਤਾਂ ਹੁਣ ਜਦੋਂ ਜੰਗ ਦੀ ਗੱਲ ਕਰਦੇ ਆ ਜੰਗ ਤਾਂ ਲੱਗਣ ਹੋ ਰਹੀ ਤੇ ਕੈਨੇਡਾ ਦੇ ਨਾਲ ਭਾਈ ਜੰਗ ਲੱਗੂਗੀ ਭਾਰਤੀ ਇਸ ਤਰ੍ਹਾਂ ਨਹੀਂ ਹੋ ਸਕਦਾ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ ਇੱਕ ਤਾਂ ਆਪਾਂ ਇਹ ਦੇਖਦੇ ਆ ਕਿ ਇੱਕ ਦੂਰੀ ਦਾ ਹੋ ਜਾਣਾ ਉਸ ਤੋਂ ਬਾਅਦ ਅਮਰੀਕਾ ਦਾ ਬਿਲਕੁਲ ਪਾਰਟਨਰਸ਼ਿਪ ਹੋਣੀ ਜਿਹੜੀ ਕੈਨੇਡਾ ਦੇ ਨਾਲ ਹੈ ਸੋ ਭਾਰਤ ਕਦੇ ਵੀ ਜੰਗ ਲਾ ਕੇ ਉਧਰ ਰਾਜੀ ਨਹੀਂ ਹੈ ਤੇ ਨਾ ਹੀ ਲੱਗਣੀ ਹੈ ਇਹ ਇੱਕ ਹਾਸੋਹੀਣੀ ਗੱਲ ਹੈ ਜੋ ਮੈਂ ਕਲੀਅਰ ਕਰ ਰਿਹਾ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਦੂਸਰੇ ਪਾਸੇ ਹੁਣ ਜਦੋਂ ਗੱਲ ਕਰਦੇ ਆ ਜਦੋਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਗੱਲ ਨੂੰ ਕਿਹੜੇ ਕਿਹੜੇ ਮੁਲਕਾਂ ਨੇ ਸੀਰੀਅਸ ਲਿਆ ਉਹਦੇ ਵਿੱਚ ਅਮਰੀਕਾ ਜਿਹਨੂੰ ਵਰਲਡ ਪਾਵਰ ਸਰਪੰਚ ਮੰਨਿਆ ਜਾਂਦਾ ਹੈ ਉਹਦੇ ਇੱਕ ਬੁਲਾਰੇ ਨੇ ਬਿਆਨ ਦਿੱਤਾ ਸੀਗਾ ਕਿ ਭਾਰਤ ਇਹ ਨਾ ਸੋਚੇ ਕਿ ਕੈਨੇਡਾ ਦੇ ਵਿੱਚ ਤੁਸੀਂ ਬੰਦਾ ਮਾਰ ਦਿੱਤਾ ਹੈ ਤੇ ਸਾਡੇ ਇੱਥੇ ਆ ਕੇ ਵੀ ਇਸ ਤਰ੍ਹਾਂ ਦੀ ਹਰਕਤ ਕਰੋਗੇ ਕਿਸੇ ਸਿੱਖ ਨੂੰ ਨਿਸ਼ਾਨਾ ਬਣਾਓਗੇ ਜੇ ਇਦਾਂ ਕੀਤਾ ਤੇ ਉਹਦੇ ਜਵਾਬ ਦਿੱਤੇ ਜਾਣਗੇ
ਸੋ ਦੁਨੀਆ ਲੈਵਲ ਦੇ ਉੱਤੇ ਜੇ ਹੁਣ ਆਪਾਂ ਵਰਲਡ ਪੱਧਰ ਦੇ ਉੱਤੇ ਗੱਲ ਕਰੀਏ ਤਾਂ ਸਾਰੇ ਪਾਸੇ ਕਿਤੇ ਨਾ ਕਿਤੇ ਜਿਹੜੀ ਵਾਰ ਲੱਗਣ ਦੀਆਂ ਸਥਿਤੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਇੱਕ ਤਾਂ ਹੋ ਗਈ ਚਾਈਨਾ ਦੇ ਨਾਲ ਭਾਰਤ ਦੀ ਤੇ ਚਾਈਨਾ ਦੀ ਤਾਈਵਾਨ ਦੇ ਨਾਲ ਹਨਾ ਹੁਣ ਅਮਰੀਕਾ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕਿਉਂਕਿ ਸਰਪੰਚ ਹੈ ਉਹਨਾਂ ਦੀ ਆਪਣੀ ਪਾਲਿਸੀ ਹੁੰਦੀ ਹੈ ਸਟ੍ਰੈਟਜੀ ਬਣਾ ਕੇ ਚੱਲਦੇ ਨੇ ਆਉਂਦੇ 50 ਸਾਲ ਦੀ ਸੋ ਉਹਨਾਂ ਦਾ ਇਹ ਹੈ ਕਿ ਨਾ ਤਾਂ ਚਾਈਨਾ ਵਰਲਡ ਪਾਵਰ ਬਣੇ ਤੇ ਨਾ ਹੀ ਇੰਡੀਆ ਬਣੇ ਮਤਲਬ ਕਿ ਉਹ ਇਹ ਵੀ ਨਹੀਂ ਚਾਹੁੰਦੇ ਸੋ ਉਸ ਖਿੱਤੇ ਦੇ ਵਿੱਚ ਕੋਈ ਨਾ ਕੋਈ ਆਉਂਦੇ ਸਮੇਂ ਦੇ ਵਿੱਚ ਤਬਦੀਲੀ ਫੇਰ ਬਦਲ ਮਤਲਬ ਕਿ ਇੰਡੀਆ ਦੇ ਉੱਤੇ ਵੀ ਪ੍ਰਭਾਵ ਪਾਇਆ ਜਾ ਸਕਦਾ ਹੈ ਕੋਈ ਇਸ ਤਰ੍ਹਾਂ ਦਾ ਖਿੱਤਾ ਉੱਥੇ ਤਿਆਰ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਅਮਰੀਕਾ ਜਿਹੜਾ ਹੈਗਾ ਉਹ ਭਾਰਤ ਅਤੇ ਚਾਈਨਾ ਨੂੰ ਕੰਟਰੋਲ ਕਰ ਸਕਦਾ ਹੋਵੇ ਸੋ ਕੁਛ ਵੀ ਹੋ ਸਕਦਾ ਹੈ ਤਬਦੀਲੀਆਂ ਹੋ ਸਕਦੀਆਂ ਪਰ ਇਸ ਵੇਲੇ ਜਿਹੜਾ ਖਦਸ਼ਾ ਬਣਿਆ ਹੋਇਆ ਉਹ ਹੈਗਾ ਜਿਹੜਾ ਚਾਈਨਾ ਨੇ ਆਪਣਾ ਨਵਾਂ ਇੱਕ ਮੈਪ ਤਿਆਰ ਕੀਤਾ ਹੈ ਉਹਦੇ ਵਿੱਚ ਸਾਰਾ ਹੀ ਅਰੁਣਾਚਲ ਪ੍ਰਦੇਸ਼ ਜਿਹੜਾ ਹੈਗਾ ਉਹ ਉਹਨਾਂ ਨੇ ਆਪਣੇ ਚਾਈਨਾ ਦੀ ਬਾਉਂਡਰੀ ਦੇ ਅੰਦਰ ਦਿਖਾ ਦਿੱਤਾ ਸੋ ਇਹ ਮਸਲਾ ਹੈ ਪਰ ਇਹਦੇ ਉੱਤੇ ਹੁਣ ਭਾਰਤ ਦਾ ਕੋਈ ਵੀ ਬਿਆਨ ਨਹੀਂ ਆਇਆ ਇਹਦੇ ਵਿੱਚ ਹੁਣ ਕਾਰਨ ਇਹ ਵੀ ਮੰਨੇ ਜਾਂਦੇ ਹੈ ਕਿ ਭਾਰਤ ਆਪਣੇ ਆਪ ਨੂੰ ਇੰਨਾ ਸਟਰੋਂਗ ਮਹਿਸੂਸ ਨਹੀਂ ਕਰਦਾ ਕਿ ਉਹ ਚਾਈਨਾ ਦੇ ਨਾਲ ਪੰਗਾ ਲੈ ਸਕੇ ਸੋ ਜੇ ਇਸ ਤਰ੍ਹਾਂ ਹੋਇਆ ਤਾਂ ਫਿਰ ਹੋ ਸਕਦਾ ਵੀ ਅਰੁਣਾਚਲ ਪ੍ਰਦੇਸ਼ ਸਰਬਸੰਮਤੀ ਦੇ ਨਾਲ ਹੀ ਜਾਂਦਾ ਹੋਵੇ ਉਹਦੇ ਉੱਤੇ ਕੋਈ ਵਿਵਾਦ ਨਾ ਹੋਵੇ ਤੇ ਉਹ ਆਪਣਾ ਅਰੁਣਾਚਲ ਪ੍ਰਦੇਸ਼ ਲੈ ਜਾਣ ਪਰ ਫਿਰ ਉਸ ਤੋਂ ਬਾਅਦ ਅਗਲਾ ਸਵਾਲ ਇਹ ਆ ਜਾਂਦਾ ਵੀ ਕੀ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਕੋਈ ਹੋਰ ਕਿੱਤਾ ਵੀ ਹੈ ਜੇ ਅਗਲੀ ਤਿਆਰੀ ਕਰਕੇ ਬੈਠਾ ਹੋਇਆ ਚਾਈਨਾ ਸੋ ਇਹ ਬੜੀਆਂ ਕੰਪਲੀਕੇਟਡ ਜਿਹੜੀਆਂ ਗੱਲਾਂ ਹੈ ਇਸ ਵੇਲੇ ਚੱਲ ਰਹੀਆਂ ਤੇ ਜੇ ਤਾਈਵਾਨ ਦੀ ਗੱਲ ਕਰੀਏ ਉਧਰ ਵੀ ਕਿਤੇ ਨਾ ਕਿਤੇ ਮਸਲਾ ਭੜ ਗਿਆ ਤੇ ਰੂਸ ਰਸ਼ਕ ਜਿਹੜਾ ਯੂਕਰੇਨ ਹੈ ਉਹਦਾ ਦੁਨੀਆ ਲੈਵਲ ਦੇ ਉੱਤੇ ਕੀ ਪ੍ਰਭਾਵ ਹੈ ਇਸ ਵੇਲੇ ਤੁਸੀਂ ਦੇਖ ਹੀ ਰਹੇ ਹੋ ਮਹਿੰਗਾਈ ਹੋ ਜਾਣੀ ਤੇਲ ਗੈਸ ਮਹਿੰਗਾ ਹੋ ਜਾਣਾ ਮਤਲਬ ਜਦੋਂ ਤੇਲ ਮਹਿੰਗਾ ਹੋ ਜਾਂਦਾ ਤੇ ਦੁਨੀਆ ਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਫਿਰ ਤੁਸੀਂ ਕਿਲੋ ਸੇਬ ਵੀ ਲੈਣ ਜਾਂਦੇ ਹੋ ਤਾਂ ਉਹ ਵੀ ਤੁਹਾਨੂੰ ਡਬਲ ਰੇਟ ਤੇ ਮਿਲਦੇ ਆ ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਨੇ ਟ੍ਰੇਡ ਕਿੱਦਾਂ ਹੋਣਾ ਵਾਧੇ ਘਾਟੇ ਕੀ ਹੋਣੇ ਹੈਗੇ ਆ ਸੋ ਸਾਰੇ ਸੰਸਾਰ ਦੇ ਵਿੱਚ ਇਸ ਵੇਲੇ ਵੱਡੇ ਮਸਲਿਆਂ ਦੇ ਵਿੱਚ ਆ ਜਿਹੜੀਆਂ ਤਿੰਨ ਚਾਰ ਜਿਹੜੀਆਂ ਤੁਹਾਨੂੰ ਦੱਸ ਦਿੱਤੀਆਂ ਮੈਂ ਗੱਲਾਂ ਇਹ ਚੱਲ ਰਹੀਆਂ ਦੁਬਾਰਾ ਦੱਸ ਕੇ ਫਿਰ ਮੈਂ ਸਮਾਪਤੀ ਕਰ ਦਿੰਦਾ ਚਾਈਨਾ ਦਾ ਇੰਡੀਆ ਦੇ ਨਾਲ ਕਲੈਸ਼ ਜਿਹੜਾ ਹੈ ਉਹ ਦਿਨੋ ਦਿਨ ਵੱਧਦਾ ਜਾ ਰਿਹਾ ਚਾਈਨਾ ਦਾ ਤਾਈਵਾਨ ਦੇ ਨਾਲ ਕਲੈਸ਼ ਹੈ ਉਹ ਵੱਧਦਾ ਜਾ ਰਿਹਾ ਅਮਰੀਕਾ ਜਿਹੜਾ ਹੈਗਾ ਉਹ ਚਾਹੁੰਦਾ ਨਹੀਂ ਹੈਗਾ ਕਿ ਚਾਈਨਾ ਜਾਂ ਜਿਹੜੀ ਹੋਰ ਕੰਟਰੀ ਹੈ ਉਹ ਸਾਡੀ ਥਾਂ ਤੇ ਆ ਜਾਏ ਸਰਪੰਚ ਬਣ ਜਾਵੇ ਸੋ ਇੱਕ ਇਹ ਵੀ ਪ੍ਰੋਬਲਮ ਹੈਗੀ ਆ ਯੂਕਰੇਨ ਰਸ਼ੀਆ ਦੀ ਵਾਰ ਜਿਹੜੀ ਹੈ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਉਸ ਤੋਂ ਬਾਅਦ ਜਿਹੜਾ ਵੱਡਾ ਮਸਲਾ ਨਿਕਲ ਕੇ ਆ ਰਿਹਾ ਜਿਹੜਾ ਖਾਲਿਸਤਾਨ ਵੋਟਿੰਗ ਹੋ ਰਹੀ ਹੈ ਇਹਨੂੰ ਲੈ ਕੇ ਤਬਦੀਲੀਆਂ ਹੋ ਰਹੀਆਂ ਬੜੇ ਦੇਸ਼ ਭਾਰਤ ਦੇ ਨਾਲ ਰਲ ਰਹੇ ਨੇ ਉਹਦੇ ਤੋਂ ਵੱਖਰੇ ਹੋ ਰਹੇ ਨੇ ਸੋ ਇਹ ਮਸਲਾ ਵੀ ਹੁਣ ਕੋਈ ਛੋਟਾ ਮੋਟਾ ਨਹੀਂ ਰਿਹਾ ਵੱਡੀਆਂ ਕੰਟਰੀਜ਼ ਇਹਨੂੰ ਜਿਹੜੀਆਂ ਉਹ ਕਵਰ ਕਰ ਰਹੀਆਂ ਜਪਾਨ ਦੇ ਮੀਡੀਆ ਨੇ G20 ਦੇ ਵਿੱਚ ਜਿਹੜੀਆਂ ਨਿਊਜ਼ ਦਿੱਤੀ ਹੈ ਕਿ ਦਿੱਲੀ ਦੇ ਮੈਟਰੋ ਸਟੇਸ਼ਨਾਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ SFG ਦੇ ਜ਼ਿੰਦਾਬਾਦ ਦੇ ਨਾਰੇ ਲਗੇ ਇਹ ਜਪਾਨੀ ਮੀਡੀਆ ਨੇ ਜਿਹੜੀ ਇਹ ਗੱਲ ਆਪਣੇ ਖਬਰ ਜਿਹੜੀ ਲਾਈ ਹੈ ਅਲ ਜਜ਼ੀਰਾ ਜਿਹੜਾ ਕੋਈ ਬਹੁਤ ਵੱਡਾ ਚੈਨਲ ਆ ਉਹਨੇ ਵੀ ਆਪਣੇ ਇਹ ਖਬਰ ਜਿਹੜੀ ਹੈ ਇਸ ਪ੍ਰਤੀ ਲਾਈ ਹੈ ਕੈਨੇਡੀਅਨ ਮੀਡੀਆ ਦੇ ਵਿੱਚ ਲੱਗ ਰਹੀ ਹੈ ਗਲੋਬਲ ਨਿਊਜ਼ ਦੇ ਵਿੱਚ ਇਹ ਜਿਹੜੀ ਖਬਰ ਲੱਗ ਰਹੀ ਹੈ ਸੋ ਇਹਨਾਂ ਸਾਰੇ ਮਸਲਿਆਂ ਦੇ ਵਿੱਚ ਹੁਣ ਇਹ ਮਸਲਾ ਜਿਹੜਾ ਖਾਲਿਸਤਾਨ ਦਾ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਉੱਭਰ ਕੇ ਸਾਹਮਣੇ ਆ ਰਿਹਾ ਆਉਂਦੇ ਸਮੇਂ ਦੇ ਵਿੱਚ ਕੀ ਇਹਦੇ ਉੱਤੇ ਜਿਹੜੀ ਅਪਡੇਟ ਹੁੰਦੀ ਹੈ ਕੀ ਤਬਦੀਲੀਆਂ ਆਉਂਦੀਆਂ ਕਿਹੜਾ ਦੇਸ਼ ਕਿੱਥੇ ਸਟੈਂਡ ਕਰਦਾ ਹੈ ਭਾਰਤ ਕੀ ਕਰਦਾ ਹੈ ਚਾਈਨਾ ਕੈਨੇਡਾ ਇਹ ਕੀ ਕਰਦਾ ਹੈ ਤੁਹਾਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੱਸਦੇ ਰਹਾਂਗੇ ਤਦ ਤੱਕ ਲਈ ਦੇਖਦੇ ਰਹੋ ਪ੍ਰਾਈਵੇਟ ਪੰਜਾਬ TV ਮਿਲਦੇ ਹਾਂ ਜੀ ਫਿਰ ਚੜ੍ਹਦੀ ਕਲਾ ਚੋਂ